ਗੁਰਦਾਸ ਮਾਨ ਉਹਨਾਂ ਨੇ ਜਿਹੜੇ ਕਮੈਂਟ ਕੀਤੇ ਅਨਫੋਰਚੁਨੇਟ ਆ ਤਾਂ ਪੰਜਾਬੀ ਜ਼ੁਬਾਨ ਨੇ ਬਚਾਇਆ ਨਾ ਇਸ ਲਈ ਤੈਸ਼ ਵਿੱਚ ਆਣ ਕੇ ਫਰਜ਼ ਕਰੋ ਕੋਈ ਗੱਲ ਗਲਤ ਕਹਿ ਵੀ ਹੋ ਗਈ ਉਹਦੀ ਮਾਫੀ ਮੰਗ ਲੈਣੀ ਚਾਹੀਦੀ ਵਿਧਾਨ ਸਭਾ 'ਚ ਵੀ 8 ਘੰਟੇ ਬਹਿਸ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੁਣ SIT ਬਟ ਨਥਿੰਗ ਆਊਟ ਆਫ ਇਟ ਔਰ ਜਿਹੜੇ ਛੋਟੇ ਮੋਟੇ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਹੋਈ ਉਹ ਸਾਰੇ ਜ਼ਮਾਨਤਾਂ ਕਰਾ ਗਏ ਨੇ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਕਿ 2.5 ਸਾਲ ਹੋ ਗਏ ਨੇ ਬਰਗਾੜੀ ਦੇ ਉੱਤੇ ਅੱਜ ਤੱਕ ਇਨਸਾਫ਼ ਨਹੀਂ ਦਿੱਤਾ ਉਲਟਾ ਕੈਪਟਨ ਸਾਹਿਬ ਨੇ ਅੱਜ ਇੱਕ ਬੜੀ ਵੱਡੀ ਇੰਟਰਵਿਊ ਦਿੱਤੀ ਜਿਹੜੀ ਉਹਦੇ 'ਚ ਕਿਹਾ ਕਿ ਬਾਦਲਾਂ ਦਾ ਕੋਈ ਕਸੂਰ ਨਹੀਂ ਕਲੀਨ ਚਿੱਟ ਦਿੱਤੀ ਭਾਵਾਂ ਕਿ 2 ਘੰਟੇ ਬਾਅਦ ਉਹਨਾਂ ਨੇ ਆਪਣੀ ਉਹ ਗਲਤੀ ਸੁਧਾਰ ਕੀਤੀ ਆ ਪਰ 2.5 ਸਾਲ ਦਾ ਸਮਾਂ ਕਾਫੀ ਆ ਇਹ ਦੱਸਣ ਵਾਸਤੇ ਕਿ ਅਸਲ ਗੁਨਾਹਗਾਰ ਚਾਹੇ ਉਹ ਪੋਲੀਟੀਕਲ ਸੀਗੇ ਆਦਮੀ ਅਤੇ ਚਾਹੇ ਉਹ ਪੁਲਿਸ ਵਾਲੇ ਸੀ ਤਾਕਤਵਰ ਉਹਨਾਂ 'ਤੇ ਕੋਈ ਐਕਸ਼ਨ ਨਹੀਂ ਹੋਇਆ ਤਾਂ ਕਰਕੇ ਇਹ ਪੰਜਾਬ ਦੇ ਲੋਕਾਂ ਦੇ ਮਨ ਵਿੱਚ ਬਹੁਤ ਗਿਲਾ ਇਸ ਗੱਲ ਦਾ ਔਰ ਵਿਧਾਨ ਸਭਾ 'ਚ ਵੀ 8 ਘੰਟੇ ਬਹਿਸ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੁਣ SIT ਬਟ ਨਥਿੰਗ ਆਊਟ ਆਫ ਇਟ ਔਰ ਜਿਹੜੇ ਛੋਟੇ ਮੋਟੇ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਹੋਈ ਉਹ ਸਾਰੇ ਜ਼ਮਾਨਤਾਂ ਕਰਾ ਗਏ ਨੇ ਸਾਰੇ ਹਾਈਕੋਰਟ ਤੋਂ ਰਿਲੀਫ ਲੈ ਗਏ ਕੈਪਟਨ ਸਾਹਿਬ ਉੱਥੇ ਵੀ ਫੇਲ ਹੋ ਗਏ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ 14 ਅਕਤੂਬਰ ਬਹਿਬਲ ਕਲਾਂ ਦੇ ਜਿਹੜੇ 2 ਸਿੱਖ ਨੌਜਵਾਨ ਮਰੇ ਸੀ ਉਹਨਾਂ ਦੀ ਬਰਸੀ ਆ ਅਸੀਂ ਇਹੀ ਅਪੀਲ ਕਰਾਂਗੇ ਲੋਕਾਂ ਨੂੰ ਅਸੀਂ ਮੋਟੀਵੇਟ ਕਰਾਂਗੇ ਸਭ ਨੂੰ ਕੋਸ਼ਿਸ਼ ਕਰਾਂਗੇ ਕਿ ਆਓ ਇਕੱਠੇ ਹੋ ਕੇ ਆਪਾਂ ਇੱਕ ਵਾਰ ਫਿਰ ਬਰਸੀ 'ਤੇ ਇਕੱਠ ਕਰੀਏ ਔਰ ਉਸ ਦਿਨ ਨੂੰ ਰੋਸ ਦਿਵਸ ਵਜੋਂ ਮਨਾਇਆ ਜਾਵੇ ਕਿਉਂਕਿ ਜਿੱਥੇ ਜੇ ਸੂਬੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਹੋਵੇ ਜੇ ਸੂਬੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪ੍ਰੈਸਟੀਜ ਅਤੇ ਪ੍ਰਾਈਡ ਅਪਹੋਲਡ ਨਹੀਂ ਕੀਤੀ ਜਾ ਸਕਦੀ ਬਾਕੀ ਸਾਰੀਆਂ ਗੱਲਾਂ ਛੋਟੀਆਂ ਬੇਮੈਨੇ ਨੇ ਕਿ ਫਲਾਨਾ ਜੀ ਗਲੀ ਨਹੀਂ ਬਣ ਰਹੀ ਫਲਾਨੇ ਬੰਦੇ 'ਤੇ ਝੂਠਾ ਪਰਚਾ ਦਰਜ ਹੋ ਗਿਆ ਫਲਾਨਾ ਉਹ ਜ਼ੁਲਮ ਹੋ ਗਿਆ ਦੇ ਆਰ ਆਲ ਮੀਨਿੰਗਲੈਸ ਸੋ ਬਰਗਾੜੀ 'ਤੇ ਇਨਸਾਫ ਕੈਪਟਨ ਅਮਰਿੰਦਰ ਸਿੰਘ ਦੀ ਮੁੱਢਲੀ ਜ਼ਿੰਮੇਵਾਰੀ ਵੀ ਹੈ ਬਤੌਰ ਚੀਫ ਮਿਨਿਸਟਰ ਅਤੇ ਵੱਡਾ ਵਾਅਦਾ ਵੀ ਸੀ ਨਹੀਂ ਉਹ ਤਾਂ ਵਿਵਾਦ ਫਿਰ ਅਮਿਤ ਸ਼ਾਹ ਜੀ ਨੇ ਪੈਦਾ ਕੀਤਾ ਨਾ ਵਨ ਨੇਸ਼ਨ ਵਨ ਲੈਂਗੁਏਜ ਨੋਟ ਪੋਸੀਬਲ ਕੈਨੇਡਾ ਐਡਾ ਡਾਇਵਰਸ ਕੰਟਰੀ ਆ ਉੱਥੇ ਫ੍ਰੈਂਚ ਵੀ ਬੋਲਦੇ ਨੇ ਲੋਕ ਉੱਥੇ ਚਾਈਨੀਜ਼ ਲੋਕ ਵੀ ਪਹੁੰਚੇ ਹੋਏ ਨੇ ਉੱਥੇ ਪੰਜਾਬੀ ਵੀ ਨੇ ਪੰਜਾਬੀ 'ਚ ਸਾਈਨ ਬੋਰਡ ਲੱਗੇ ਹੋਏ ਨੇ ਨਹੀਂ ਉਹ ਮੈਂ ਪਹਿਲਾਂ ਐਕਸਪਲੇਨ ਕਰ ਲੈਂਦੇ ਹੋ ਕਿ ਕਿਸੇ 'ਤੇ ਜ਼ੁਬਾਨ ਥੋਪੀ ਨਹੀਂ ਜਾ ਸਕਦੀ ਭਾਸ਼ਾ ਬਾਉਂਡਰੀਜ਼ ਤੈਅ ਕਰਦੀ ਆ ਦੇਸ਼ਾਂ ਅਤੇ ਸੂਬਿਆਂ ਦੀ ਇੰਨੀ ਛੋਟੀ ਜਿਹੀ ਚੀਜ਼ ਨਹੀਂ ਗੀ ਭਾਸ਼ਾ ਕਨੈਕਟ ਕਰਦੀ ਲੋਕਾਂ ਨੂੰ ਤਾਂ ਭਾਸ਼ਾ ਥੋਪੀ ਨਹੀਂ ਜਾ ਸਕਦੀ ਅਸੀਂ ਸਭ ਦਾ ਰਿਸਪੈਕਟ ਕਰਦੇ ਹਾਂ ਅਸੀਂ ਹਿੰਦੀ ਦਾ ਵੀ ਮਾਣ ਕਰਦੇ ਹਾਂ ਅਸੀਂ ਅੰਗਰੇਜ਼ੀ ਦਾ ਵੀ ਮਾਣ ਕਰਦੇ ਹਾਂ ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਬਟ ਇਨ ਸੋ ਫਾਰ ਪੰਜਾਬ ਇਜ਼ ਕੰਸਰਨ ਪੰਜਾਬੀ ਇਜ਼ ਆਵਰ ਮਦਰ ਟੰਗ ਐਂਡ ਉਸ ਤੋਂ ਬਿਨਾਂ ਦੂਸਰੀ ਹੋਰ ਕੋਈ ਗੱਲ ਥੋਪੀ ਨਹੀਂ ਜਾਣੀ ਚਾਹੀਦੀ ਗੁਰਦਾਸ ਮਾਨ ਉਹਨਾਂ ਨੇ ਜਿਹੜੇ ਕਮੈਂਟ ਕੀਤੇ ਅਨਫੋਰਚੁਨੇਟ ਆ ਕਿਉਂਕਿ ਗੁਰਦਾਸ ਮਾਨ ਨੂੰ ਅਗਰ ਇਸ ਮੁਕਾਮ 'ਤੇ ਪਹੁੰਚਾਇਆ ਤਾਂ ਪੰਜਾਬੀ ਜ਼ੁਬਾਨ ਨੇ ਪਹੁੰਚਾਇਆ ਨਾ ਇਸ ਲਈ ਤੈਸ਼ ਵਿੱਚ ਆਣ ਕੇ ਫਰਜ਼ ਕਰੋ ਕੋਈ ਗੱਲ ਗਲਤ ਕਹਿ ਵੀ ਹੋ ਗਈ ਉਹਦੀ ਮਾਫੀ ਮੰਗ ਲੈਣੀ ਚਾਹੀਦੀ ਉਹ ਅਸੀਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ 26 ਨੂੰ ਅਸੀਂ ਮੀਟਿੰਗ ਕਰਾਂਗੇ ਐਂਡ ਦੈਨ ਅਸੀਂ ਤੁਹਾਨੂੰ ਦੱਸ ਸਕਾਂਗੇ ਕਿਹੜੀ ਕਿਹੜੀ ਸੀਟ 'ਤੇ ਕੀ ਕਰਨਾ ਅਸੀਂ ਲੜਨਾ ਠੀਕ ਹੈ ਚਲੋ ਇਹ ਸਾਰੀ ਗੱਲ ਅਸੀਂ 26 ਨੂੰ ਹੀ ਡਿਸਕਸ ਕਰਾਂਗੇ ਕਿਉਂਕਿ ਬਹੁਜਨ ਸਮਾਜ ਪਾਰਟੀ ਵੀ ਸਾਡੇ ਅਲਾਇੰਸ ਪਾਰਟਨਰਸ ਨੇ ਐਂ ਤਾਂ ਫਿਰ ਉਹ ਵੀ ਲੜੇ ਸੀਗੇ ਐਂ ਤਾਂ ਫਿਰ ਉਹਨਾਂ ਨੂੰ ਵੀ ਵੋਟਾਂ ਉੱਥੇ ਪੈਂਦੀਆਂ ਸੋ ਇੰਸਟੈਡ ਆਫ ਮੇਕਿੰਗ ਯੂਨੀਲੈਟਰਲ ਅਨਾਊਂਸਮੈਂਟਸ ਆਈ ਥਿੰਕ ਇਟ ਇਜ਼ ਬੈਟਰ ਵੀ ਡਿਸਕਸ ਇਨ ਦਾ PDA ਪਲੈਟਫਾਰਮ ਐਂਡ ਦੈਨ ਅਨਾਊਂਸ ਸਰ ਕਿਤੇ ਨਾ ਕਿਤੇ ਲੱਗਦਾ ਨਾ ਕਿ ਜੋਗਿੰਦਰ ਸਿੰਘ ਮਾਨ ਪਿਛਲੇ ਦਿਨ ਜਿਹੜੇ ਬਰਗਾਈ ਦੇ ਵਿਰੁੱਧ ਲੜੇ ਸੀਗੇ ਚਲੋ ਹਾਰ ਗਏ ਪਰ ਹੁਣ ਉਹਨਾਂ ਨੂੰ ਦਰਕਿਨਾਰ ਕੀਤਾ ਗਿਆ ਉਹਨਾਂ ਦੀ ਜਗ੍ਹਾ ਤੇ ਧਾਲੀਵਾਲ ਇਹ ਕਾਂਗਰਸ ਲਈ ਅੱਜ ਪਹਿਲੀ ਨਵੀਂ ਗੱਲ ਆ ਜਿਹੜੇ ਚਾਰੇ ਹੀ ਕੈਂਡੀਡੇਟ ਆ ਤੁਸੀਂ ਦੇਖੋਗੇ ਗੌਰ ਦੇ ਨਾਲ ਹਾਂ ਆਫਕੋਰਸ ਬੱਬੀ ਦੀ ਵਾਈਫ ਨੂੰ ਛੱਡ ਕੇ ਕਿਉਂਕਿ ਉਹਨਾਂ ਦਾ ਇੱਕ ਪਰਿਵਾਰ ਪੁਰਾਣਾ ਕਾਂਗਰਸ ਦਾ ਸੀਗਾ ਬਲਵਿੰਦਰ ਧਾਲੀਵਾਲ ਦਾ ਕੀ ਯੋਗਦਾਨ ਆ ਕਾਂਗਰਸ 'ਚ ਕੱਲ੍ਹ ਤੱਕ ਮੌਜਾਂ ਕੀਤੀਆਂ ਅਫਸਰਸ਼ਾਹੀ ਦੀਆਂ ਪਿੱਟ ਦੇ ਲੜਦੇ ਪਰਚੇ ਦਰਜ ਕਰਾਉਂਦੇ ਕੋਈ ਕਾਂਗਰਸੀ ਹੋਰ ਰਹਿ ਗਏ ਅਤੇ ਵਿੱਚੋਂ ਨਿਕਲ ਗਏ ਧਾਲੀਵਾਲ ਸਾਹਿਬ ਸਿਮਿਲਰਲੀ ਜਲਾਲਾਬਾਦ ਵਿੱਚ ਬਹੁਤ ਕਮਜ਼ੋਰ ਕੈਂਡੀਡੇਟ ਦਿੱਤਾ ਐਂ ਲੱਗਦਾ ਜਿੱਦਾਂ ਉਹ ਸੁਖਬੀਰ ਉਹਨਾਂ ਨੂੰ ਜਿਤਾਉਣ ਵਾਸਤੇ ਜਲਾਲਾਬਾਦ ਵਿੱਚ ਕਾਂਗਰਸ ਨੂੰ ਕੋਈ ਅੱਛਾ ਰਾਏ ਸਿੱਖ ਕੈਂਡੀਡੇਟ ਦੇਣਾ ਚਾਹੀਦਾ ਸੀ ਧੜੱਲੇਦਾਰ ਲੋਕਲ ਬੰਦਾ ਬੜੀ ਅਫਸੋਸ ਜੀ ਗੱਲ ਹੈ ਜੀ ਕਿ $20 ਇੱਕ ਫੀਸ ਆ ਉਹਨੂੰ ਕੈਪਟਨ ਸਾਹਿਬ ਵੀ ਜਜ਼ੀਆ ਕਹਿੰਦੇ ਨੇ ਅਤੇ ਸੁਖਬੀਰ ਸਿੰਘ ਬਾਦਲ ਵੀ ਜਜ਼ੀਆ ਕਹਿੰਦੇ ਨੇ ਐਡਾ ਵੱਡਾ ਇੰਪੋਰਟੈਂਟ ਇੱਕ ਦੇਸ਼ ਨੇ ਲਾਂਘਾ ਦਿੱਤਾ 5-6 ਕਿਲੋਮੀਟਰ ਉਹਨਾਂ ਨੇ ਡਿਵੈਲਪਮੈਂਟ ਕੀਤੀ ਸੈਂਕੜੇ ਕਰੋੜਾਂ ਰੁਪਏ ਉਹਨਾਂ ਨੇ ਖਰਚਿਆ ਉਹ $20 ਵੀ ਨਹੀਂ ਲੈ ਸਕਦੇ ਸਿੱਖ ਤਾਂ $20 ਬਹੁਤ ਖੁਸ਼ੀ ਨਾਲ ਦੇਣ ਨੂੰ ਤਿਆਰ ਆ ਸਾਡਾ ਅਰਦਾਸ ਪੂਰੀ ਹੋਣੀ ਚਾਹੀਦੀ ਆ ਔਰ ਜੇ ਦੁੱਖ ਜ਼ਿਆਦਾ ਵਾ ਕੈਪਟਨ ਸਾਹਿਬ ਅਤੇ ਸੁਖਬੀਰ ਨੂੰ ਤਾਂ $10 ਸੁਖਬੀਰ ਸਿੰਘ ਬਾਦਲ ਸਬਸਿਡਾਈਜ਼ ਕਰਾ ਦੇਵੇ SGPC ਤੋਂ ਅਤੇ $10 ਕੈਪਟਨ ਸਾਹਿਬ ਆਪਣੀ ਸਰਕਾਰ ਤੋਂ ਸਬਸਿਡਾਈਜ਼ ਕਰਾ ਦੇਣ ₹1400 ਬਣਦਾ $20 ਦਾ ₹1400 ਦਾ ਸਾਡੇ ਆਮ ਛੋਟੇ ਮੋਟੇ ਦਫ਼ਤਰਾਂ 'ਚ ਕੰਮਾਂ ਦੀ ਫੀਸ ਹੀ ਆ ਲਾਇਸੈਂਸ ਰਿਨਿਊ ਕਰਾ ਲਿਆ ਅਸਲੇ ਦਾ ਕਰਾ ਲਿਆ ਜਾਂ ਕੋਈ ਹੋਰ
कोई कार्ड बना लिया, कोई डैथ सर्टिफिकेट, हर गलते तो फीस लेंदी सरकार, या तो इतने ना जजिया लाया करन, सारे मेमोरियल से फीस ली है, चाहे वह जंगे आजादी आ, चाहे वह विरसा जोड़ा है उतों आनंदपुर साहब जी का, तो चाहे वह अना ताजमहल आ, हर जगह पर सरकार फीस लेंदियाँ। हूँ आप उन्होंने कही कहने जी फीस जजिया बंद कर दौ, तो फिर पहले अपन फीसा भी सारिया बंद कर देने दिल पास। मैं तो कहूँगा कि पंजाब तो पंजाब पर रहम करो, गुस्सा जान दो, तुसी बहुत कि मैं कह सकता इंजॉय कर लिया वा, इंजॉय किया ना, आप ढाई साल तक कितने निकले तो आप है नहीं गए, बथेरा इंजॉय कर लिया। हुण पंजाब नू कुछ इस तरह की नवे मोड़ ते लिया के नवी जनरेशन के हाथ में इहदी वागडोर सौंपो, जिहड़े पंजाब नू इस इन्हां हालातों चों कढ सकण। पौने तीन करोड़ का, पौने तीन करोड़ लख दा कर्जा, बच्चे साढ़े पढ़े लिखे सब विदेशों कूच कर गए, एडे वड्डे पद्धर ते नशे, बेरोजगारी का हाहाकार मची हुई है, करप्शन सिरे ते आ, माफिया माइनिंग परबल, हर किस्म का माइनिंग, एंड गुरु ग्रंथ साहब नूं बेदा इंसाफ दे नहीं सके। सो इसी मैं तो कल इन्हां नूं नहीं कहूँ, बादल साहब नूं हाथ जोड़दा वी हुण जाण दो बस।